لك وحسن عبادتك يا رب لك الحمد كما ينبغي لجلالك. ਹੁਣ ਮਾਸ਼ਾਅੱਲਾ ਜੀ ਚੌਲ ਪਾਉਣ ਲੱਗੇ ਲੈਣ ਲੱਗੇ ਜੀ ਮਾਸ਼ਾਅੱਲਾ ਜੀ ਸਮਾਨ ਦੇਗ ਦਾ ਅਤੇ ਪਰਚੀ ਬਣਵਾ ਲਈ ਸੀ ਦੇਗ ਵਾਲਿਆਂ ਤੋਂ ਦੂਸਰਾ ਸਮਾਨ ਦੀ ਉਹ ਹੁਣ ਸਮਾਨ ਲੈਣ ਲੱਗੇ ਅਤੇ ਸਾਰਾ ਅਤੇ ਜੋ ਸੀਨ ਦੂਸਰੇ ਹੋਏ ਤੁਹਾਨੂੰ ਸ਼ੇਅਰ ਕਰਾਂਗੇ ਅਤੇ ਸਮਾਨ ਕੱਢਣ ਲੱਗੇ ਆ ਭਾਈ ਹੋਰੀ ਸਬਜ਼ੀ ਕੋਈ ਟਮਾਟਰ ਹਰੀਆਂ ਮਿਰਚਾਂ ਪਿਆਜ਼ ਪਿਊਜ਼ ਲਵਾਂਗੇ ਇੱਥੇ ਜੀ ਟਮਾਟਰ ਭਾ ਮੋਟ ਬਿਸਮਿਲ੍ਲਾਹਿ ਰਹਿਮਾਨ ਰਹੀਮ ਅਸਲਾਮ ਅਲੈਕੁਮ ਮੈਂ ਤੁਹਾਡੀ ਭੈਣ ਪੰਜਾਬੀ ਪਠਾਣੀ ਤੁਸੀਂ ਦੇਖ ਰਹੇ ਮੇਰੇ ਯੂਟਿਊਬ ਚੈਨਲ ਅੱਲਾਹ ਪਾਕ ਤੁਹਾਨੂੰ ਖੁਸ਼ ਰੱਖੇ ਆਬਾਦ ਰੱਖੇ ਇਸੇ ਦੁਆ ਦੇ ਨਾਲ ਸ਼ੁਰੂ ਕਰਦੇ ਹਾਂ ਅੱਜ ਤਾਂ ਵੱਲੋ ਸਾਨੂੰ ਨਾ ਇੱਕ ਬਾਜੀ ਆ ਉਹਦਾ ਫੋਨ ਆਇਆ ਵਾ ਕਹਿੰਦੇ ਸੀ ਵੀ ਮੇਰੇ ਉਹਦੇ ਨਾ ਅੰਮੀ ਅਤੇ ਭਾਈ ਜਿਹੜੇ ਆ ਨਾ ਉਸ ਦੁਨੀਆਂ ਤੋਂ ਚਲੇ ਗਏ ਆ ਕਾਫੀ ਦੇਰ ਹੋ ਗਈ ਆ ਤੱਕ ਪਤਾ ਨਹੀਂ 2 ਸਾਲ ਹੋ ਗਏ ਜਾਂ ਸਾਲ ਹੋ ਗਿਆ ਲੇਕਿਨ ਉਹਨਾਂ ਨੇ ਕਿਹਾ ਸੀਗਾ ਵੀ ਮੇਰੀ ਅੰਮੀ ਅਤੇ ਦੂਸਰਾ ਭਾਈ ਦੇ ਮਗਰ ਨਾ ਤੁਸੀਂ ਖਤਮ ਦਿਵਾਉਣਾ ਵਾ ਅਤੇ ਦੇਗ ਜਿਹੜੀ ਆ ਨਾ ਉਹ ਤੁਸੀਂ ਪਕਾਉਣੀ ਆ ਅਤੇ ਉਹਦਾ ਸਮਾਨ ਜਿਹੜਾ ਵਾ ਨਾ ਉਹ ਫਿਲਹਾਲ ਤਾਂ ਪਾਪਾ ਲੈ ਕੇ ਆ ਗਏ ਆ ਅਤੇ ਹੁਣ ਨਾ ਵੈਸੇ ਤਾਂ ਕਦੀ ਜਿਹੜੇ ਪਕਵਾਈ ਵਾਲੇ ਭਾਈ ਆ ਨਾ ਉਹ ਇੱਥੇ ਆ ਜਾਂਦੇ ਆ ਲੇਕਿਨ ਹੁਣ ਸ਼ਾਦੀਆਂ ਦਾ ਸੀਜ਼ਨ ਆ ਅਤੇ ਇਸ ਕਰਕੇ ਨਾ ਉਹਨਾਂ ਨੇ ਕਿਹਾ ਵੀ ਤੁਸੀਂ ਨਾ ਸਮਾਨ ਉੱਥੇ ਲੈ ਕੇ ਆਓ ਅਤੇ ਹੁਣ ਬਿਲਾਲ ਦਾ ਬਾਬਾ ਪਹਿਲੇ ਤਾਂ ਘਰ ਲੈ ਕੇ ਆਇਆ ਸਮਾਨ ਅਤੇ ਹੁਣ ਉਹ ਕਹਿੰਦੇ ਆ ਵੀ ਉੱਧਰ ਲੈ ਕੇ ਆਓ ਅਤੇ ਹੁਣ ਇਹ ਸਮਾਨ ਦੇਣ ਜਾਏਗਾ ਅਤੇ ਇਹਦੇ ਵਿੱਚ ਨਾ ਸਾਰੀਆਂ ਚੀਜ਼ਾਂ ਇਹਦੇ ਵਿੱਚ ਮਸਾਲੇ ਆ ਟਮਾਟਰ ਆ ਅਤੇ ਅਦਰਕ ਮਿਰਚਾਂ ਨਿੰਬੂ ਅਤੇ ਕੀ ਉਹਨੂੰ ਕਹਿੰਦੇ ਅਦਰਕ ਆ ਲਸਣ ਆ ਸਾਰਾ ਕੁਛ ਪਿਆਜ਼ ਆ ਅਤੇ ਇਹ ਚੀਜ਼ਾਂ ਵਾ ਇਹਦੇ ਵਿੱਚ ਗੋਸ਼ਤ ਆ ਗੋਸ਼ਤ ਕਿੰਨਾ ਲੈ ਕੇ 6 ਕਿਲੋ ਅਤੇ ਇਹਦੇ ਵਿੱਚ ਗੋਸ਼ਤ ਆ ਅਤੇ ਇੱਧਰ ਨਾ ਚਾਵਲ ਆ ਅਤੇ ਨਾਲ ਬਿਰਿਆਨੀ ਮਸਾਲਾ ਮੇਰੇ ਖਿਆਲ ਆ ਇਮਲੀ ਵਗੈਰਾ ਇਹ ਚੀਜ਼ਾਂ ਹਾਂ ਮਸਾਲੇ ਸਾਰੇ ਨਮਕ ਮਿਰਚ ਘਿਓ ਹਰ ਚੀਜ਼ ਇਹਦੇ ਵਿੱਚ ਆ ਅਤੇ ਇਹ ਹੁਣ ਨਾ ਉੱਥੇ ਦੇ ਕੇ ਆਏਗਾ ਕਿਉਂ ਅਸੀਂ ਹਮੇਸ਼ਾ ਉਹ ਭਾਈ ਕੋਲ ਹੀ ਦੇਗ ਪਕਾਉਂਦੇ ਹਾਂ ਅਤੇ ਅੱਛੀ ਦੇਗ ਬਣਾ ਲੈਂਦੇ ਆ ਉਹ ਅਤੇ ਉਹਨਾਂ ਦੇ ਕੋਲ ਅੱਜ ਟਾਈਮ ਨਹੀਂ ਹੈਗਾ ਕਹਿੰਦੇ ਸੀ ਵੀ ਉੱਥੇ ਲੈ ਕੇ ਆਓਗੇ ਅਤੇ ਫਿਰ ਉੱਥੇ ਅਸੀਂ ਬਣਾ ਦੇਵਾਂਗੇ ਅਤੇ ਲੈ ਜਿਓ ਫਿਰ ਤੁਸੀਂ ਮਾਸ਼ਾਅੱਲਾ ਜੀ ਦੇਗ ਸ਼ੁਰੂ ਹੋ ਗਈ ਪਕਵਾਈ ਨੂੰ ਅਤੇ ਪਿਆਜ਼ ਜਿਹੜਾ ਪਾਤਾ ਵਾ ਇੱਧਰ ਜਿਹੜੇ ਸਾਰੇ ਮਸਾਲੇ ਆ ਜੀ ਸਾਰੇ ਨੇ ਇਕੱਠੇ ਕਰਕੇ ਤਿਆਰ ਕਰ ਲਏ ਅਤੇ ਇੱਧਰ ਹੈਗਾ ਚਿਕਨ ਅਤੇ ਇਹਦਾ ਪੇਸਟ ਬਣਿਆ ਵਾ ਜੀ ਅਦਰਕ ਮਸਾਲਾ ਜੀ ਮਸਾਲਾ ਹੁਣ ਪਾਇਆ ਇਹਨਾਂ ਨੇ ਪੇਸਟ ਚਿਕਨ ਵੀ ਪਾਤਾ ਵਾ ਇੱਧਰ ਜੀ ਹੁਣ ਮਾਸ਼ਾਅੱਲਾ ਚੌਲ ਦੀ ਧੁਆਈ ਹੋ ਰਹੀ ਹੁਣ ਪੱਲੀ 'ਚ ਕੱਢ ਕੇ ਬਾਹਰ ਰੱਖੇ ਆ ਹੁਣ ਮਾਸ਼ਾਅੱਲਾ ਜੀ ਚੌਲ ਪਾਉਣ ਲੱਗੇ
ਮਾਸ਼ਾਅੱਲਾ ਜੀ ਦੇਖ ਤਿਆਰ ਹੋ ਗਈ ਹੈ, ਹੁਣ ਦੇਣ ਲੱਗੇ ਦਾਮੇ ਦਾ। ਜੀ ਮਾਸ਼ਾਅੱਲਾ ਦੇਖ ਰਕਸ਼ੇ ਦੇ ਵਿੱਚ ਆ ਗਈ ਹੈ, ਘਰ ਆ ਗਏ ਹੋ ਜੀ? ਜੀ ਜਨਾਬ। ਉਹ ਦੇਖੇ ਬਚ ਗਿਆ ਵਾ, ਆ ਕੱਪੜੇ ਦੇ ਉੱਤੇ ਰੱਖ ਦੇ। ਜੀ ਇੱਧਰ ਨਾ ਇੱਕ ਦੇ ਵਿੱਚ ਦੁੱਧ ਮੈਂ ਪਾਇਆ, ਇੱਕ ਦੇ ਵਿੱਚ ਪਾਣੀ ਪਾਇਆ, ਅਤੇ ਇਹ ਨਾ ਮੁਕੰਮਲ ਹੋ ਗਿਆ ਵਾ। ਇੱਧਰ ਨਾ ਸੇਬ ਕੱਟਾਂਗੇ ਅਤੇ ਨਾਲ ਨਾ ਦੂਸਰਾ ਆਲੂ ਜਿਹੜੇ ਆ ਨਾ ਉਹ ਵੀ ਰੱਖਾਂਗੇ। ਦੇਗ ਵੀ ਲੈ ਕੇ ਆ ਗਏ ਆ, ਤੇ ਦੇਗ ਵੀ ਹਾਂ ਇਹਦੇ ਰੱਖ ਕੱਟਿਆ, ਇੱਧਰ ਬੜੀ ਟ੍ਰੇ ਦੇ ਵਿੱਚ ਰੱਖ ਕੇ ਨਾ। ਜੀ ਮਾਸ਼ਾਅੱਲਾ ਇਹਦੇ ਇੱਕ ਦੇ ਵਿੱਚ ਫਰੂਟ ਰੱਖਿਆ, ਇੱਕ ਦੇ ਵਿੱਚ ਚਾਵਲ ਆ, ਅਤੇ ਦੁੱਧ ਵਾ ਨਾਲ ਪਾਣੀ ਆ। ਇਹ ਚੀਜ਼ਾਂ ਨਾਲ ਇੱਥੇ ਰੱਖਦੀ ਹਾਂ ਅਤੇ ਕਿ ਇੱਥੇ ਜੀ ਇੱਥੇ ਰੱਖਦੇ ਹਾਂ, ਬਸ 10-15 ਮਿੰਟ ਤਾਈਂ ਆਉਣ, ਕਹਿੰਦੇ ਮੈਂ ਆ ਜਾਂਦੇ ਹਾਂ, ਆ ਜਾਂਦੇ ਫਿਰ ਖਤਮ ਪੜਾਉਂਦੇ ਹਾਂ। ਹਾਂਜੀ ਆ ਜਾਂਦੇ ਆ ਨਾ ਅਤੇ ਫਿਰ أعوذ بالله من الشيطان الرجيم بسم الله الرحمن الرحيم قل يا أيها الكافرون لا أعبد ما تعبدون ولا أنتم عابدون ما أعبد ولا أنا عابد ما عبدتم ولا أنتم عابدون ما أعبد لكم دينكم ولي دين بسم الله الرحمن الرحيم قل هو الله أحد الله الصمد لم يلد ولم يولد ولم يكن له كفوا أحد
يا رب لك الحمد كما ينبغي لجلال وجهك وعظيم سلطانك. اللهم انس وحشتي في قبري، اللهم ارحمني بالقران العظيم، واجعله لي اماما ونورا ومهدا ورحمه. اللهم ذكرني منه ما نسيت وعلمني منه ما جهلت وارزقني تلاوته اناء الليل واناء النهار، واجعله لي حجه يا رب العالمين. يا اله العالمين 2500 ياسين کا ثواب، يا اله العالمين 10 سور الملک کا ثواب، يا اله العالمين جس باجی نے اپنی والدہ محترمہ واسطے یا الہ العالمین ختم انتظام کیتے، یا الہ العالمین اس بھائی نے بھائی واسطے انتظام کیتے، یا الہ العالمین ان کی قبر پر کروڑ رحمت نزول عطا فرما، ان کی بخشش عطا فرما، ان کو جنت الفردوس میں اعلیٰ درجے مقام عطا فرما، یا الہ العالمین ان کی حفاظت عطا فرما، یا الہ العالمین ان کی خیرات کو اپنی بارگاہ عالیہ میں قبول و مقبول عطا فرما. اللہم انی علی ذکرک و شکرک و حسن عبادتک، یا رب لک الحمد كما ينبغي لجلال وجهك وعظيم سلطانك. صلى الله تعالى على خير خلقه محمد وعلى اله واصحابه اجمعين برحمتك يا ارحم الراحمين. ਜਿਹੜੇ ਜ਼ਰੂਰਤਮੰਦ ਆ ਨਾ ਉਹਨਾਂ ਦੇ ਹੈ ਵੀ ਉਹਨਾਂ ਤੱਕ ਵੀ ਚਾਵਲ ਪਹੁੰਚਾਵਾਂਗੇ। ਜਿਹੜੇ ਇੱਥੇ ਸਾਡੇ ਨਾ ਹਮਸਾਏ ਆ ਉਹਨਾਂ ਨੂੰ ਵੀ ਸਭ ਨੂੰ ਅਸੀਂ ਨਾ ਚਾਵਲ ਦੇਵਾਂਗੇ। ਜੀ ਮਾਸ਼ਾਅੱਲਾ ਜਿਹੜਾ ਮੌਲਵੀ ਆਇਆ ਸੀ ਨਾ ਉਹਨੂੰ ਵੀ ਅਸੀਂ ਚਾਵਲ ਦੇ ਦਿੱਤੇ ਆ, ਕਾਰੀ ਸਾਹਿਬ ਜਿਹੜੇ ਆਏ ਸੀ ਨਾ ਉਹਨਾਂ ਨੂੰ ਵੀ ਚਾਵਲ ਦੇ ਦਿੱਤੇ ਆ, ਅਤੇ ਇੱਥੇ ਹਮਸਾਇਆਂ ਦੇ ਘਰਾਂ 'ਚ ਨਾ ਰਿਹਾਨ ਦੇ ਰਹੇ ਆ ਵਾ ਚਾਵਲ, ਕਿਸੇ ਨੂੰ ਦੇ ਦਿੱਤੇ ਆ ਕੋਈ ਘਰ ਰਹਿੰਦੇ ਆ, ਅਤੇ ਆ ਜਿਹੜੇ ਆ ਅੱਗੋਂ ਖੁੱਲ੍ਹ ਕੇ ਦਾ ਪਲ ਰਹੇ, ਅਤੇ ਇੱਧਰ ਛਾਪਰਾਂ ਦੇ ਵਿੱਚ ਨਾ ਸਾਰੇ ਚਾਵਲ ਪਾਤੇ ਆ ਇਹ ਜਿਹਨੇ ਜਿਹੜੇ ਜਿਹੜੇ ਘਰਾਂ ਦੇ ਹੈਗੇ ਆ ਨਾ, ਅਤੇ ਜਿਹੜੇ ਹੱਕਦਾਰ ਹੈਗੇ ਆ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ, ਅਤੇ ਉਹਨਾਂ ਨੂੰ ਦਵ ਦੇ ਕੇ ਆਵਾਂਗੇ ਚਾਵਲ, ਅਤੇ ਤਾਂ ਬਿਲਾ ਪਲੇਟਾਂ ਨੂੰ ਕਰ ਦਾ ਦਾਣਾ ਕਰੋ ਕੇ ਕਰ ਰਹੇ ਜੀ। ਮਾਸ਼ਾਅੱਲਾ ਚਾਵਲ ਨਾ ਅਸੀਂ ਕੁਛ ਵੰਡ ਲਏ ਆ, ਕੁਛ ਹਜੇ ਹੁਣ ਅਸੀਂ ਚੱਲੇ ਹਾਂ ਵੰਡਣ, ਅਤੇ ਪਹਿਲੇ ਨਾ ਅਸੀਂ ਕਿਹਾ ਸੀ ਤੋਤਿਆਂ ਨੂੰ ਨਾ ਰੋਟੀ ਪਾ ਕੇ ਨਾ ਫਿਰ ਜਾਈਏ, ਅਤੇ ਫਿਲਹਾਲ ਦਾ ਪਾਪਾ ਨਾ ਰੋਟੀ ਜਾਂ ਪਾਣੀ ਦੇ ਵਿੱਚ ਹੀ ਛੋਟੀ ਛੋਟੀ ਕਰ ਰਹੇ ਵਾ, ਇਸ ਤਰ੍ਹਾਂ ਰੋਟੀ ਦੇ ਵਿੱਚ ਰੋਟੀ ਨਾ ਪਾਣੀ ਦੇ ਵਿੱਚ ਹੀ ਭੇਜ ਕੇ ਰੱਖ ਲਵੇ ਨਾ, ਅਤੇ ਫਿਰ ਦੂਸਰਾ ਬੜੇ ਸ਼ੌਕ ਨਾਲ ਤੋਤੇ ਖਾਂਦੇ ਆ, ਤੋਤੇ ਵੀ ਖਾਂਦੇ ਆ ਚੂਜ਼ੇ ਵੀ ਖਾਂਦੇ ਆ। ਤੁਸੀਂ ਪਾ ਕੇ ਆਓ ਤੋਤੇ ਨੂੰ, ਠੀਕ ਆ ਤੇ ਚੌਲ ਲੈ ਕੇ ਚਲੀਏ ਆਪਣਾ। ਮੈਂ ਪਹਿਲੇ ਆਹ ਰੋਟੀ ਪਾ ਲਵਾਂ ਨਾ ਤੋਤਿਆਂ ਨੂੰ, ਅਤੇ ਫਿਰ ਚੱਲਦੇ ਹਾਂ ਜੀ। ਇੱਧਰੋਂ ਨਾ ਬੱਚੇ ਆ ਗਏ ਆ, ਇਹਨਾਂ ਨੂੰ ਦੇਵਾਂਗੀ ਚਾਵਲ। ਚਲ ਚਲ ਬਾਏ।
ਔਰ ਸਾਰਿਆਂ ਨੂੰ ਭੇਜ ਦੇ, ਸਾਰਿਆਂ ਨੂੰ ਉਹਨਾਂ ਨੂੰ ਭੇਜ ਉਹਨਾਂ ਨੂੰ। ਅਸੀਂ ਨਾ ਚਾਵਲ ਜਿਹੜੇ ਸੀ ਨਾ ਉਹ ਅਸੀਂ ਵੰਡ ਕੇ ਆ ਗਏ ਹਾਂ, ਅਤੇ ਜਿਹੜੀ ਬਾਜੀ ਨੇ ਖਰੈਤ ਕੀਤੀ ਆ ਨਾ ਅੱਲਾਹ ਤਾਲਾ ਕਬੂਲ ਕਰੇ, ਅੱਲਾਹ ਤਾਲਾ ਉਹਦੇ ਭਾਈ ਨੂੰ ਅਤੇ ਮਾਂ ਨੂੰ ਅੱਲਾਹ ਤਾਲਾ ਜੰਨਤ 'ਚ ਜਗ੍ਹਾ ਦੇਵੇ, ਅੱਲਾਹ ਤਾਲਾ ਉਹਦੀ ਅਗਲੀ ਮੰਜ਼ਿਲ ਆਸਾਨ ਕਰੇ, ਅਤੇ ਅੱਲਾਹ ਤਾਲਾ ਉਹਨੂੰ ਜਿਹੜੀ ਬਾਜੀ ਨੇ ਖਰੈਤ ਕੀਤੀ ਅੱਲਾਹ ਤਾਲਾ ਉਹਦੇ ਬੇਟੇ ਦੀ ਲੰਬੀ ਜ਼ਿੰਦਗੀ ਕਰੇ, ਬਾਜੀ ਨੂੰ ਵੀ ਸਿਹਤ ਤੰਦਰੁਸਤੀ ਵਾਲੀ ਜ਼ਿੰਦਗੀ ਦੇਵੇ। ਜਿੰਨੇ ਵੀ ਮੇਰੇ ਭੈਣ ਭਰਾ ਮੇਰੀ ਵੀਡੀਓ ਦੇਖਦੇ ਸਭ ਨੇ ਉਹਨਾਂ ਵਾਸਤੇ ਬਹੁਤ ਜ਼ਿਆਦਾ ਦੁਆ ਕਰਨੀ ਆ, ਅਤੇ ਇਸ ਵੀਡੀਓ ਦਾ ਮੈਂ ਇੱਥੇ ਐਂਡ ਕਰਾਂਗੀ। ਅੱਜ ਦਾ ਵਲੋਗ ਮੇਰਾ ਇਹ ਸੀ, ਅਗਰ ਮੇਰਾ ਵਲੋਗ ਪਸੰਦ ਆਇਆ ਹੋਵੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੇ, ਲਾਈਕ ਕਰੇ, ਸ਼ੇਅਰ ਜ਼ਰੂਰ ਕਰੇ। ਇਸੇ ਦੇ ਨਾਲ ਆਪਣੀ ਭੈਣ ਨੂੰ ਦਿਓ ਇਜਾਜ਼ਤ, ਅੱਲਾ ਹਾਫਿਜ਼।